ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨਿਹੰਗ ਗੁਰਜੈਜ ਸਿੰਘ, ਅਨੰਦਪੁਰੀਆ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਫੌਜ, ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਗੁਰਦੁਆਰਾ ਨੜ ਸਾਹਿਬ, ਜਿਸ ਨੂੰ ਗੁਰੂ ਕੀ ਨੜ ਵੀ ਕਿਹਾ ਜਾਂਦਾ ਹੈ। ਇਹ ਸਥਾਨ ਗੁਰੂ ਕੇ ਲਾਹੌਰ ਸਾਹਿਬ ਤੋਂ ਅੱਗੇ ਹੈ, 4-5 ਕਿਲੋਮੀਟਰ ਅਤੇ ਜੰਗਲ ਦੇ ਵਿੱਚੋਂ ਵਿੱਚ ਹੈ। 15-20 ਮਿੰਟ ਪੈਦਲ ਚੱਲਣਾ ਪੈਂਦਾ ਹੈ ਜੀ। ਇਸ ਸਥਾਨ 'ਤੇ ਗੁਰੂ ਸਾਹਿਬ ਦੀਆਂ ਅਤੇ ਪਹਾੜੀ ਰਾਜਿਆਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਸੀ, ਜਿਸ ਦੀ ਅਗਵਾਈ ਇਹ ਪੱਥਰ ਭਰ ਰਿਹਾ ਹੈ। ਕਰੋ ਦਰਸ਼ਨ ਇਸ ਪੱਥਰ ਦੇ। ਇਸ ਸਥਾਨ 'ਤੇ ਇੱਕ ਮਾਤਾ ਜੀ ਔਰ 2 ਪਚੰਗੀ ਲੰਗਰਾਂ ਦੀ ਸੇਵਾ ਕਰ ਰਹੇ ਹਨ, ਚਾਹ ਪਕੌੜਿਆਂ ਦੇ ਲੰਗਰ। ਇਸ ਸਥਾਨ ਦਾ ਇਤਿਹਾਸ ਸੰਗਤਾਂ ਚਾਹ ਪਕੌੜਿਆਂ ਦੇ ਲੰਗਰ ਛਕ ਰਹੀਆਂ ਹਨ। ਸਾਹਮਣੇ ਮਾਤਾ ਜੀ ਜੋ ਇਸ ਸਥਾਨ 'ਤੇ ਸੇਵਾ ਕਰ ਰਹੇ ਹਨ, ਅਤੇ ਇਸ ਸਥਾਨ 'ਤੇ ਇੱਕ ਛੋਟਾ ਜਿਹਾ ਕੁਦਰਤੀ ਝਰਨਾ ਵਗ ਰਿਹਾ ਹੈ ਜੀ। ਗੁਰੂ ਕੇ ਲੰਗਰਾਂ ਵਾਸਤੇ ਸ਼ੈੱਡ ਤਿਆਰ ਹੋਇਆ ਹੈ ਜੀ ਇੱਥੇ, ਔਰ ਸੇਵਾ ਚੱਲ ਰਹੀ ਹੈ। ਪਿਛਲੀ ਸਾਈਡ ਤੋਂ ਨੜ ਸਾਹਿਬ ਦਾ ਦ੍ਰਿਸ਼ ਅੱਜ ਵੀ ਤੁਹਾਨੂੰ ਇਸ ਪੱਥਰ ਵਿੱਚ ਗੋਲੀਆਂ ਦੇ ਨਿਸ਼ਾਨ ਮੌਜੂਦ ਮਿਲਣਗੇ। ਸੰਗਤਾਂ ਜਦੋਂ ਵੀ ਗੁਰੂ ਕੇ ਲਾਹੌਰ ਸਾਹਿਬ ਦਰਸ਼ਨ ਜਾਣ ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਨ ਜੀ। ਸੰਗਤਾਂ ਨੇ ਭਾਰਤ ਤੇ ਵਾਪਸੀ ਚਾਲੇ ਗੁਰੂ ਕੇ ਲਾਹੌਰ ਸਾਹਿਬ ਨੂੰ। ਜੰਗਲ ਬਹੁਤ ਸ਼ਾਂਤ ਹੈ ਜੀ।
ਤੁਹਾਨੂੰ ਕਿਸੇ ਵੀ ਜੰਗਲੀ ਜਾਨਵਰ ਦਾ ਇਸ ਸਥਾਨ 'ਤੇ ਕੋਈ ਡਰ ਨਹੀਂ ਹੈ ਜੀ। ਆ ਜੋ ਤੁਸੀਂ ਕੱਸੀ ਟੈਪ ਇਹ ਨਾਲੀ ਦੇਖ ਰਹੇ ਹੋ ਜੀ, ਇਹ ਉਸੇ ਹੀ ਝਰਨੇ ਵਿੱਚੋਂ ਜਲ ਆ ਕਰਕੇ ਇੱਕ ਛੋਟਾ ਜਿਹਾ ਚਬੱਚਾ ਬਣਿਆ ਹੋਇਆ ਹੈ ਜੀ, ਉਸ ਵਿੱਚ ਜਲ ਪੈਂਦਾ ਹੈ ਔਰ ਜੰਗਲੀ ਜਾਨਵਰ ਛਕ ਲੈਂਦੇ ਹਨ। ਰਸਤਾ ਬਹੁਤ ਸੁੰਦਰ ਬਣਿਆ ਹੋਇਆ ਹੈ ਜੀ, ਜ਼ਿਆਦਾ ਪਥਰੀਲਾ ਨਹੀਂ ਹੈ ਜੀ। ਕੁਝ ਸੰਗਤਾਂ ਤਾਂ ਮੋਟਰਸਾਈਕਲ ਹੀ ਇਸ ਸਥਾਨ 'ਤੇ ਲੈ ਕੇ ਆ ਜਾਂਦੇ ਹਨ ਸਿੱਧੇ। ਲੇਕਿਨ ਰਸਤਾ ਮੋਟਰਸਾਈਕਲ ਦੇ ਚੱਲਣ ਵਾਲਾ ਨਹੀਂ ਹੈ ਜੀ, ਬਹੁਤ ਸ਼ਾਂਤ ਜੰਗਲ ਹੈ ਜੀ, ਹਰਿਆ ਭਰਿਆ ਜੰਗਲ। ਦਿਲ ਨੂੰ ਸਕੂਨ ਦੇਣ ਵਾਲਾ ਸਥਾਨ ਹੈ ਜੀ। ਸਾਰੇ ਵੀਰ ਭੈਣਾਂ ਨੂੰ ਬੇਨਤੀ ਹੈ ਜੀ, ਜਦੋਂ ਵੀ ਗੁਰੂ ਕੇ ਲਾਹੌਰ ਸਾਹਿਬ ਆਓ ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਨਾ ਜੀ। ਇਹ ਸਥਾਨ ਹਜੇ ਛੋਟਾ ਹੈ ਜੀ, ਇਸ ਸਥਾਨ ਦੀ ਸੇਵਾ ਚੱਲ ਰਹੀ ਹੈ ਜੀ। ਆਪਣਾ ਦਸਵੰਧ ਇਸ ਸਥਾਨ 'ਤੇ ਜ਼ਰੂਰ ਦਿਓ ਜੀ, ਇਤਿਹਾਸਕ ਸਥਾਨ ਹੈ ਜੀ। ਜੋ ਵੀ ਦਿਲ ਫੁੱਲ ਭੇਟਾ ਆਪ ਜੀ ਜ਼ਰੂਰ ਗੋਲਕ ਵਿੱਚ ਪਾਓ, ਗੁਰੂ ਪਾਤਸ਼ਾਹ ਆਪ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਕੁਝ ਵੀਰ ਇਸ ਸਥਾਨ 'ਤੇ ਮੋਟਰਸਾਈਕਲ ਲੈ ਕੇ ਆਏ ਹਨ, ਅੱਗੇ ਜਾ ਕਰਕੇ ਦੋ ਰਸਤੇ ਹੋ ਜਾਂਦੇ ਹਨ, ਇੱਕ ਰਸਤਾ ਪੈਦਲ ਵਾਲਾ ਔਰ ਕੁਝ ਲੋਕ ਮੋਟਰਸਾਈਕਲ 'ਤੇ ਆਉਂਦੇ ਹਨ ਉਹਨਾਂ ਵਾਸਤੇ ਇੱਕ ਸਾਈਡ 'ਤੇ ਮੋਟਰਸਾਈਕਲ ਵਾਸਤੇ ਵੀ ਰਸਤਾ ਬਣਿਆ ਹੈ।
ਲੇਕਿਨ ਉਹ ਰਸਤਾ ਥੋੜ੍ਹਾ ਪਥਰੀਲਾ ਹੈ ਜੀ। ਇਹ ਉਹ ਬੱਚਾ ਹੈ ਜੀ ਜਿਸ ਵਿੱਚ ਜਲ ਆਉਂਦਾ ਹੈ ਉੱਪਰੋਂ ਔਰ ਜੰਗਲੀ ਜਾਨਵਰ ਛਕ ਲੈਂਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸੰਗਤਾਂ ਗੁਰੂ ਕੇ ਲਾਹੌਰ ਵਾਪਸ ਜਾ ਰਹੀਆਂ ਹਨ। ਸਾਡਾ ਕੈਮਰਾਮੈਨ ਨਵਾਂ ਹੈ ਜੀ, ਥੋੜ੍ਹੀ ਵੀਡੀਓ ਹਿੱਲ ਰਹੀ ਹੈ, ਮੁਆਫ ਕਰਨਾ ਜੀ।